ਮਾਨ ਯੋਗ ਈਸੀ ਸਰ ਰੱਜਤ ਅਗਰਵਾਲ ਦੀ ਅਗਵਾਈ ਉਹਨਾਂ ਦੀਆਂ ਹਦਾਇਤਾਂ ਦੇ ਮੁਤਾਬਕ ਸ਼੍ਰੀ ਅਵਤਾਰ ਸਿੰਘ ਕੰਗ, ਸ਼੍ਰੀ ਬ੍ਰਿਜਮੋਹਨ ਸਿੰਘ ਅਤੇ ਇੰਸਪੈਕਟਰ ਮਨਜੀਤ ਕੌਰ, ਮਨੋਹਰ ਲਾਲ ਅਤੇ ਮਹਿੰਦਰ ਸਿੰਘ ਅਤੇ ਐਕਸਾਈਜ਼ ਪੁਲਿਸ ਵੱਲੋਂ ਗੁਰਦਾਸਪੁਰ ਦੀ ਟੀਮ ਦੇ ਨਾਲ ਰਲ ਕੇ ਅੱਜ ਮੰਡ ਏਰੀਆ ਦਸੂਹਾ ਵਿਖੇ ਮੌਜਪੁਰ ਦੇ ਏਰੀਏ ਵਿੱਚ ਰੇਡ ਕੀਤਾ ਗਿਆ, ਜਿੱਥੋਂ ਕਿ ਲਗਭਗ 45 ਤਰਪਾਲਾਂ ਪਰ ਤਰਪਾਲ 2000 ਕਿਲੋ ਲਾਨ ਬਰਾਮਦ ਕੀਤੀ ਗਈ। ਟੋਟਲ ਲਾਨ 90,000 ਕਿਲੋਗ੍ਰਾਮ ਕੀਤੀ ਗਈ। ਇਲੀਸਟ ਲਿਕੁਅਰ ਵੀ ਪ੍ਰਾਪਤ ਕੀਤੀ ਗਈ। ਸਾਰੀਆਂ ਤਰਪਾਲਾਂ ਨੂੰ ਡਿਸਟਰੋਏ ਐਟ ਦਾ ਸਪੋਟ ਡਿਸਟਰੋਏ ਕੀਤਾ ਗਿਆ ਅਤੇ ਜਿਹੜੇ ਤਸਕਰ ਸੀ ਭੱਜਣ 'ਚ ਕਾਮਯਾਬ ਹੋ ਗਏ ਆ। ਸਰਕਾਰ ਵੱਲੋਂ ਦਿੱਤੀਆਂ ਹਦਾਇਤਾਂ ਮੁਤਾਬਕ ਜਿਹੜਾ ਨਜਾਇਜ਼ ਸ਼ਰਾਬ ਦਾ ਧੰਦਾ ਖਤਮ ਕਰਨ ਦੇ ਲਈ ਇਹ ਜਿਹੜੇ ਆਪਰੇਸ਼ਨ ਲਗਾਤਾਰ ਜਾਰੀ ਰਹਿਣਗੇ। ਰੈੱਡ ਰੋਜ਼ ਆਪਰੇਸ਼ਨ ਦੇ ਤਹਿਤ ਜੋ ਸਾਨੂੰ ਹਦਾਇਤਾਂ ਮਾਨਯੋਗ ਈਸੀ ਸਰ ਵੱਲੋਂ ਦਿੱਤੀਆਂ ਗਈਆਂ ਆ ਉਹਦੇ ਅਧੀਨ ਹਰ ਹਫ਼ਤੇ ਇਹੋ ਜਿਹੇ ਰੇਡ ਕੀਤੇ ਜਾਣਗੇ ਅਤੇ ਤਸਕਰਾਂ ਦੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ। ਸਤਿ ਸ਼੍ਰੀ ਅਕਾਲ ਦੋਸਤੋ, ਤੁਸੀਂ ਜਾਣਾ ਚਾਹੁੰਦੇ ਹੋ ਕੈਨੇਡਾ, ਸਹੀ ਇਮੀਗ੍ਰੇਸ਼ਨ ਦੀ ਭਾਲ ਵਿੱਚ ਹੋ, ਸੋਚ ਰਹੇ ਹੋ ਕਿ ਕਿਹੜਾ ਕਾਲਜ ਜੁਆਇਨ ਕੀਤਾ ਜਾਵੇ ਔਰ ਕਿਹੜਾ ਕੋਰਸ ਜੁਆਇਨ ਕੀਤਾ ਜਾਵੇ, ਅਸੀਂ ਤੁਹਾਡੀ ਪ੍ਰੋਪਰਲੀ ਮਦਦ ਕਰਾਂਗੇ ਵੀਜ਼ਾ ਲੈਣ ਦੇ ਵਿੱਚ। ਸੋ ਅੱਜ ਹੀ ਸਾਡੀ ਐਕਸਪਰਟ ਟੀਮ ਦੇ ਨਾਲ ਸੰਪਰਕ ਕਰੋ। ਸਕਰੀਨ 'ਤੇ ਦਿੱਤੇ ਹੋਏ ਨੰਬਰਾਂ 'ਤੇ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ, ਈ ਪਲੈਨਟ ਆਇਲਸ ਐਂਡ ਇਮੀਗ੍ਰੇਸ਼ਨ ਦਸੂਹਾ ਦੇ ਵਿੱਚ ਵਿਜ਼ਿਟ ਕਰ ਸਕਦੇ ਹੋ।